ਜੀ ਦੁਕਾਨ ਤੋਂ ਜਾਣ ਲੱਗੇ ਜੀ ਦੁਕਾਨ ਦੇ ਬਾਹਰ ਅਸੀਂ ਆਪਣਾ ਜਿਹੜਾ ਕੈਸ਼ ਹੈ ਤੇ ਹੋਰ ਹਿਸਾਬ ਦੀ ਬੈਗ ਹੈ ਹਿਸਾਬ ਵਾਲਾ ਉਹ ਅਸੀਂ ਆਪਣੇ ਕਾਰ 'ਚ ਰੱਖਿਆ ਤੇ ਅਸੀਂ ਸਾਈਡ ਤੇ ਖੜੇ ਹੋਏ ਆ ਤੇ ਵਾਪਸ 5 ਮਿੰਟ ਬਾਅਦ ਅਸੀਂ ਕਾਰ ਕੋਲ ਪਹੁੰਚੇ ਆ ਤੇ ਕਾਰ ਦਾ ਸ਼ੀਸ਼ਾ ਤੋੜਿਆ ਸੀ ਤੇ ਕਾਰ ਦੇ ਟਾਇਰ 'ਚ ਸੂਆ ਮਾਰਿਆ ਸੀ ਤੇ ਕਾਰ 'ਚੋਂ ਬੈਗ ਗਾਇਬ ਸੀ। ਕਿੰਨੇ ਕੁ ਪੈਸੇ ਸੀਗੇ ਬੈਗ 'ਚ? ਕੋਈ ਦਾ ਹਿਸਾਬ ਨਹੀਂ ਹੈ ਜੀ। ਕੋਈ ਆਈਡੀਆ ਰੂਟੀਨ ਦਾ ਕਿੰਨਾ ਕੁ ਹੁੰਦਾ ਜੀ? ਰੂਟੀਨ 'ਚ ਅੰਦਾਜ਼ਾ ਹੋਊਗਾ ਜੀ 8-10 ਲੱਖ ਰੁਪਏ, 8 ਲੱਖ ਰੁਪਏ ਹੋਊਗਾ ਜੀ। ਠੀਕ ਹੈ ਜੀ। ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਕੋਈ? ਹਾਂ, ਸੀਸੀਟੀਵੀ ਫੁਟੇਜ ਹੈਗੀ ਆ ਤੇ ਸੂਆ ਮਾਰਦੇ ਫੋਟੋ ਆਈ ਬੰਦੇ ਦੀ। ਇਹ ਕਿੰਨੇ ਮੁੰਡੇ ਦੇਖੇ ਜਾ ਸਕਦੇ ਵਿੱਚ? ਉਹ ਚ ਇੱਕ ਮੁੰਡਾ ਹੈ। ਇੱਕ ਮੁੰਡਾ? ਦੋ ਕਿੰਨੀਆਂ ਗੱਡੀਆਂ ਤੁਹਾਡੀਆਂ ਬਾਹਰ ਖੜੀਆਂ ਸੀਗੀਆਂ? ਦੋ ਗੱਡੀਆਂ। ਕਿੰਨੇ ਕ ਵਜੇ ਦੀ ਗੱਲਬਾਤ ਹੈ? ਇਹ 8:30 ਵਜੇ। ਤੇ ਦੋਹਾਂ ਗੱਡੀਆਂ ਦੇ ਜਿਹੜੇ ਟਾਇਰ ਪੈਂਚਰ? ਦੋ ਗੱਡੀਆਂ ਟਾਇਰ ਪੈਂਚਰ। ਤੇ ਪੁਲਿਸ ਪਹੁੰਚ ਗਈ ਸੀ ਮੌਕੇ ਤੇ? ਪੁਲਿਸ ਮੌਕੇ ਤੇ ਪਹੁੰਚ ਗਈ ਜੀ। ਪੁਲਿਸ ਨੇ ਬਹੁਤ ਕੋਪਰੇਟ ਕੀਤਾ ਜੀ। ਪੁਲਿਸ ਦੇ ਸਾਰੇ ਸਟਾਫ SHO ਸਾਹਿਬ, ਬਾਕੀ ਸਟਾਫ ਸਾਰਾ ਆਇਆ ਹੋਇਆ ਜੀ। ਪਤਾ ਨਹੀਂ ਕਿੱਦਾਂ ਮਰ ਗਿਆ ਜੀ ਮੁੰਡੇ? ਇਦਾਂ ਹਲੇ ਕੁਝ ਨਹੀਂ ਪਤਾ ਲੱਗਿਆ। ਕੀ ਮੰਗ ਕਰਦਾ ਜੀ? ਮੰਗ ਕੀ ਕਰਦੇ ਪੁਲਿਸ ਪ੍ਰਸ਼ਾਸਨ? ਮੰਗ ਪੁਲਿਸ ਪ੍ਰਸ਼ਾਸਨ ਸਾਥ ਦੇ ਰਿਹਾ ਜੀ, ਤਾਂ ਅਸੀਂ ਉਮੀਦ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਇਹਨਾਂ ਬੰਦਿਆਂ ਨੂੰ ਫੜ ਲਊਗਾ ਜੀ। ਕਿਸੇ ਦਾ ਸ਼ੱਕ ਵਗੈਰਾ ਤਾਂ ਨਹੀਂ? ਨਹੀਂ, ਸ਼ੱਕ ਨਹੀਂ ਹੋਈ। ਠੀਕ ਹੈ ਸਰ। ਚਲੋ ਅੱਜ ਕੀ ਮਾਮਲਾ ਸਾਹਮਣੇ ਆਇਆ ਹੁਸ਼ਿਆਰਪੁਰ ਫਗੜ ਮਾਰਗ ਦਾ? ਜੀ, ਉਹ ਇੱਥੇ ਸੰਜੀਵ ਅਗਰਵਾਲ ਜੀ ਹੈ ਜੀ, ਇਹ ਮਾਊਂਟ ਐਵਨਿਊ ਰਹਿੰਦੇ ਆ। ਇਹਨਾਂ ਦੇ ਇੱਥੇ ਸ਼ਕਤੀ ਟ੍ਰੇਡਰ ਦੇ ਨਾਂ ਦੇ ਉੱਤੇ ਸੀਮਟ ਦੀ ਜਿਹੜੀ ਹੈਗੀ ਆ ਸਟੋਰ ਹੈਗਾ। ਉਹ ਇਹਨਾਂ ਦਾ ਮੈਸੇਜ ਆਇਆ ਸੀਗਾ ਕਿ ਇੱਕ ਕਾਰ, ਇਹਨਾਂ ਨੇ ਆਪਣੇ ਪੈਸੇ ਲੈ ਕੇ ਰਾਤ ਦੇ ਜਿਹੜੇ ਆ ਜਾ ਰਹੇ ਸੀ, ਕਾਰ ਦੇ ਵਿੱਚ ਰੱਖੇ ਸੀ, ਤੇ ਕੋਈ ਨਾਮਲੂਮ ਵਿਅਕਤੀ ਜਿਹੜੇ ਆ ਕੇ ਕਾਰ ਦਾ ਸ਼ੀਸ਼ਾ ਤੋੜ ਕੇ ਵਿੱਚੋਂ ਇਹਨਾਂ ਦਾ ਪੈਸਿਆਂ ਵਾਲਾ ਬੈਗ ਲੈ ਗਏ ਆ, ਤੇ ਜਿਹਦੇ ਅਸੀਂ ਮੌਕੇ ਤੇ ਪਹੁੰਚੇ ਆ। ਬਾਕੀ ਤਫਤੀਸ਼ ਚੱਲ ਰਹੀ ਆ, ਸੀਸੀਟੀਵੀ ਵਗੈਰਾ ਦੇਖ ਰਹੇ ਆ, ਉਹ ਜਲਦੀ ਇਹਨਾਂ ਨੂੰ ਟ੍ਰੇਸ ਕਰਾਂਗੇ। ਸੀਸੀਟੀਵੀ ਵੀ ਸਾਹਮਣੇ ਆਈ ਆ, ਉਹਦੇ ਵਿੱਚ ਕੀ ਕੁਝ ਨਜ਼ਰ ਆ ਰਿਹਾ? ਉਹਦੇ ਵਿੱਚ ਹਜੇ ਮੂਵਮੈਂਟ ਆ ਰਹੀ ਹੈ ਜੀ ਸ਼ੱਕੀ ਵਿਅਕਤੀਆਂ ਦੀ, ਉਹ ਪੂਰੀ ਤਰ੍ਹਾਂ ਫਿਰ ਚੈੱਕ ਕਰਕੇ ਫਿਰ ਤੁਹਾਨੂੰ ਦੱਸਾਂਗੇ। ਕਿੰਨੇ ਦਿਨ ਅਮਾਊਂਟ? ਬਾਕੀ ਕਲੀਅਰ ਦੱਸ ਦੇ ਜੀ, ਅਮਾਊਂਟ ਤਾਂ ਇਹਨਾਂ ਦੇ ਕੈਸ਼ ਕਾਫੀ ਹੈਗਾ, ਦੱਸ ਦੇ, ਬਾਕੀ ਫਿਰ ਵੀ ਕਲੀਅਰ ਕਰਕੇ। ਕਿੰਨੇ ਸ਼ੱਕੀ ਬਾਜੀ ਨਜ਼ਰ ਆ ਰਹੇ ਆ? ਫਿਲਹਾਲ ਤਾਂ ਜੀ ਇੱਕੋ ਸ਼ੱਕੀ ਉਹਦੇ ਵਿੱਚ ਨਜ਼ਰ ਆ ਰਿਹਾ, ਬਾਕੀ ਫਿਰ ਵੀ ਜਿਹੜਾ ਆਵੇਦਨ ਸੀਸੀਟੀਵੀ ਫੁਟੇਜ ਸਾਰੀ ਚੈੱਕ ਕਰਾਂਗੇ ਕਿ ਟੋਟਲ ਕਿੰਨੇ ਬੰਦੇ ਨੇ।